सी वो भी मेरे का मेहरबानी करके सामने आ जाओ। पीटर चिंता जी, पीटर चिंता जी प्लीज सामने आओ। आरिफ चौहान जी, मिस्टर अनवर मसीह बहुत बड़ा काम। रेवरेंड गुरसंत राज जी चेयरमैन क्रिश्चियन पीस काउंसिल ऑफ इंडिया भी साढ़े बच्चे पहुंचे रहे, असं उन्होंने भी धन्यवाद करते हैं। साढ़े बच्चे सरपंच सैमुअल दाखला जी, असं उन्होंने भी धन्यवाद करते हैं। साढ़े बच्चे पास्टर साहिबान पास्टर अठवाला तो आए ने, असं उन्हों का भी धन्यवाद करते हैं। सो जे कोई साथियों का नाम लेना भुल गया होगा तो प्लीज माफ करना। आज के प्रोग्राम को असी इस तरह ही जारी रखांगे। ये पहली बार होगा कि असी बारिश के बीच एक एजिटेशन जी है उसनों अंजाम देवांगे। ये एक साडा पीसफुल रोस धरना है, तो जो भी कोई जद्दोजहद करनी पैंदी है उदों शो है नारे मैं दसांगा मसीह एकता यीशु मसीह के नाम की हालेलुया। प्लीज अपनी अपनी जगह से चले जाने। Yeah!
पानी की जमीन है, कॉलेज की जमीन है, किसी का इसका ऊपर कोई हक नहीं है। 50 साल से मैं यहाँ पढ़ा हूँ, पढ़ाया है, आता रहा हूँ, देखता रहा हूँ। ये जो जमीन सारी देख रहे हैं ये बेड़ पाने की है, आज तक किसी भी पार्टी ने दिखाई है। और हमने इसको बेहतर बनाना है, हमने इसको ब्यूटीफाई करना है, कोई मकसद नहीं है। कॉलेज को पढ़ाना, बच्चों को पढ़ाने से बड़ा मकसद कोई नहीं होता है। और सड़क बनाने से बेहतर सरकार का काम, लोगों का काम है कॉलेज चलाना, स्कूल चलाना। चर्च ऑफ नॉर्थ इंडिया डायसिसन फाउंडेशन ये कॉलेज चला रही है। मैं बेहतर करूँगा, मैं रिक्वेस्ट करूँगा अथॉरिटी से, देखो जो ऑर्डर है जो तहसीलदार को लिखा गया है वो इमीडिएटली वापस लिया जाए। और ये सब लोग जो पेड़ जिनको फेस करने के लिए मजबूर किया है, वो बच्चे पढ़ने जाए, उन लोग अपने अपने काम लगे। आप सबका बहुत बहुत धन्यवाद।
ਦੀ ਇੱਕ ਵਿਅਕਤੀ ਆ। ਮੇਰਾ ਵੀ ਬੜਾ ਕੁਝ ਜੀ ਕਰਦਾ ਸੀਗਾ, ਪਰ ਹਰ ਚੀਜ਼ ਦਾ ਕੋਈ ਸਮਾਂ ਹੁੰਦਾ। ਸੋ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਵਾ, ਅੱਜ ਦੇ ਪ੍ਰੋਗਰਾਮ ਨੂੰ ਅਸੀਂ ਇਸੇ ਇੱਥੇ ਹੀ ਬੰਦ ਕਰ ਰਹੇ ਹਾਂ। ਖਾਣਾ ਬਿਲਕੁਲ ਤਿਆਰ ਆ, ਬਾਰਿਸ਼ ਵੀ ਹਟ ਚੁੱਕੀ ਆ। ਮੈਂ ਇੱਕ ਵਾਰ ਫਿਰ ਤੋਂ ਜੋ ਸਾਡੇ ਪਾਸਵਾਨ ਪੂਰੇ ਸੀਐਨਆਈ ਚਰਚ ਦੇ, ਸਾਲਵੇਸ਼ਨ ਆਰਮੀ ਚਰਚ ਦੇ, ਮੈਥੋਡਿਸਟ ਚਰਚ ਦੇ, ਇੰਡੀਪੈਂਡੈਂਟ ਪਾਸਟਰ ਸਿਮਾਨ, ਜੋ ਵੀ ਟੀਪੀਐਮ ਚਰਚ ਦੇ, ਕੈਥੋਲਿਕ ਚਰਚ ਦੇ ਸਾਡੇ ਵਿੱਚ ਪਹੁੰਚੇ ਨੇ, ਅਸੀਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਅਸੀਂ ਮਸੀਹ ਪਰਿਵਾਰ ਚੈਨਲ ਦੀ ਟੀਮ ਸਲਾਮਤ ਮਸੀਹ ਚੇਅਰਮੈਨ ਕ੍ਰਿਸਚਨ ਵੈਲਫੇਅਰ ਐਸੋਸੀਏਸ਼ਨ ਦੇ ਨਾਲ ਗੱਲ ਕਰਦੇ ਹਾਂ। ਇਹ ਜਿਹੜਾ ਰੋਸ ਮੁਜ਼ਾਹਰਾ ਜਿਹੜਾ ਇੱਥੇ ਕੱਢਿਆ ਗਿਆ ਬਟਾਲੇ ਦੇ ਵਿੱਚ, ਇਹਦੇ ਬਾਰੇ ਇਹਨਾਂ ਕੋਲ ਪੁੱਛਦੇ ਹਾਂ। ਹਾਂਜੀ, ਅੱਜ ਦਾ ਜਿਹੜਾ ਰੋਸ ਮੁਜ਼ਾਹਰਾ ਵਾ, ਮੇਰੇ ਕਾਲਜ ਦੀ ਗਰਾਊਂਡ ਦਾ ਹੈਗਾ, ਜਿਹੜਾ ਇਲੀਗਲੀ ਗੌਰਮੈਂਟ ਇਹਨੂੰ ਉਠਾਉਣਾ ਚਾਹੁੰਦੀ ਆ, ਕਿਉਂਕਿ ਇਹਦੇ ਵਿੱਚ ਇਨਵਾਲਵਮੈਂਟ ਹੈ ਇੱਕ ਤੋਂ ਬੰਦਿਆਂ ਦੀ। ਸਾਡੀ ਮੀਟਿੰਗ 4-5 ਦਿਨ ਪਹਿਲੇ ਵੀ ਹੋਈ ਸੀ ਇੱਥੇ, ਔਰ ਮੀਟਿੰਗ ਵਿੱਚ ਡਿਸਕਸ ਕੀਤਾ ਗਿਆ ਸੀਗਾ ਵੀ ਕਮਿਊਨਿਟੀ ਐਜ ਏ ਹੋਲ, ਜਿਸ ਤਰ੍ਹਾਂ ਅੱਜ ਦੇ ਤੁਸੀਂ ਸਮਾਗਮ ਦੇਖਿਆ, ਕੈਥੋਲਿਕ ਮਿਸ਼ਨ, ਵੀ ਆਰ ਯੂਨਾਈਟ ਟੂਗੈਦਰ, ਕੌਮ ਦੀ ਯੂਨਾਈਟ ਯੂਨੀਅਨ ਵਾਸਤੇ ਸਾਰੇ ਅੱਜ ਇੱਕ ਆ। ਉਹਨਾਂ ਅੱਜ ਸਾਰੇ ਡਿਸਟ੍ਰਿਕਟ ਦੇ ਸਕੂਲ ਬੰਦ ਕਰ ਦਿੱਤੇ ਆ, ਸਾਲਵੇਸ਼ਨ ਆਰਮੀ ਦੇ ਪ੍ਰਿੰਸ ਸਾਹਿਬਾਨ ਇੱਥੇ ਆਏ ਹਨ, ਔਰ ਐਜ ਫਰ ਦਾ ਚੇਅਰਮੈਨਸ਼ਿਪ ਔਫ ਦਾ ਕ੍ਰਿਸਚਨ ਵੈਲਫੇਅਰ ਬੋਰਡ, ਪਹਿਲੇ ਮੇਰੀ ਬਰਾਦਰੀ, ਪਹਿਲੇ ਕ੍ਰਿਸਚੈਨਿਟੀ, ਉਸ ਤੋਂ ਬਾਅਦ ਸਰਕਾਰ। ਮੈਂ ਆਪਣੀ ਕੌਮ ਵਾਸਤੇ ਸਭ ਕੁਛ ਤਿਆਰ ਛੱਡਣ ਨੂੰ ਤਿਆਰ ਹਾਂ, ਬਸ਼ਰਤ ਹੈ ਕਿ ਮੇਰੀ ਕੌਮ ਨੂੰ ਕੋਈ ਆਂਚ ਨਾ ਆਏ। ਮੈਂ ਸੋਨੂੰ ਜਾਫਰ, ਜਨਰਲ ਸੈਕਟਰੀ PPCC। ਸੋ ਅੱਜ ਦੇ ਜਿਹੜੇ ਪੂਰੇ ਪੰਜਾਬ ਭਰ ਚੋਂ ਈਸਾਈ ਸਮੁਦਾਇ ਨਾਲ ਸੰਬੰਧਿਤ ਲੋਕ ਡੇਰੀ ਕਾਲਜ ਬਟਾਲਾ ਇਕੱਤਰ ਹੋਏ ਨੇ, ਸੋ ਕੁਝ ਸਮੇਂ ਪਹਿਲਾਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੁਝ ਸਰਕਾਰ ਦੇ ਨੁਮਾਇੰਦੇ ਨੂੰ ਨਾਲ ਲੈ ਕੇ ਸਾਡੇ ਬਹੁਤ ਪੁਰਾਣੇ ਇੰਸਟੀਚਿਊਟ ਡੇਰੀ ਕਾਲਜ, ਜਿਸ ਦੇ ਵਿੱਚ ਬੜੇ ਬੜੇ ਵੱਡੇ ਬਾਲੀਵੁੱਡ ਦੇ ਐਕਟਰਸ ਔਰ ਰਾਜਨੀਤਿਕ ਲੋਕ ਇੱਥੇ ਪੜ੍ਹੇ ਨੇ, ਸੋ ਇਸ ਦੀ ਗਰਾਊਂਡ ਦੇ ਵਿੱਚ ਉਹਦੀ ਸੜਕ ਲੰਘਾਉਣ ਦੀ ਜਿਹੜੀ ਕੋਝੀ ਸਾਜਿਸ਼ ਰਚੀ ਗਈ ਹੈ, ਉਹਨੂੰ ਈਸਾਈ ਭਾਈਚਾਰਾ ਜਿਹੜਾ ਵਾ ਸਿਰੇ ਨਹੀਂ ਚੜ੍ਹ ਦਿੱਤਾ ਜਾਵੇਗਾ। ਸੋ ਅੱਜ ਪੂਰੇ ਕ੍ਰਿਸਚਨ ਸਮੁਦਾਇ ਦੇ ਲੋਕ, ਜਿੰਨੀਆਂ ਵੀ ਮਿਸ਼ਨਾਂ ਨੇ ਸਾਡੀਆਂ ਪੰਜਾਬ ਦੇ ਵਿੱਚ, ਜਿੰਨੀਆਂ ਸਾਡੀਆਂ ਪਾਸਟਰ ਐਸੋਸੀਏਸ਼ਨਾਂ ਨੇ, ਸਾਰਿਆਂ ਨੇ ਇਕੱਤਰ ਹੋ ਕੇ ਆਪਣੀ ਏਕਤਾ ਦਾ ਸਬੂਤ ਜਿਹੜਾ ਡੇਰਿੰਗ ਕਾਲਜ ਵਿੱਚ ਦਿੱਤਾ ਹੈ। ਸੋ ਇਹ ਭਾਈਚਾਰੇ ਨੇ ਅੱਜ ਸੰਕਲਪ ਲਿਆ ਕਿ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਏ, ਅਸੀਂ ਇਸ ਆਪਣੇ ਇੰਸਟੀਚਿਊਟ ਦੇ ਵਿੱਚੋਂ ਦੀ ਸੜਕ ਜਾਂ ਸਰਕਾਰ ਦਾ ਇੱਥੇ ਕਬਜ਼ਾ, ਜਿਹੜੇ ਗਲਤ ਸ਼ਰਾਰਤੀ ਅਨਸਰ ਨੇ ਉਹਨਾਂ ਦਾ ਕਬਜ਼ਾ ਅਸੀਂ ਹਰਗਜ਼ ਨਹੀਂ ਹੋਣਾ। ਮੈਂ ਆਪਣੇ ਪੁੱਤਰਾਂ ਮਾਸਟਰ ਸੀ ਸੰਤ ਪ੍ਰਧਾਨ ਬਟਾਲਾ ਤੋਂ, ਔਰ ਸਾਨੂੰ ਇੱਕ ਬਹੁਤ ਹੀ ਛੋਟੇ ਜਿਹੇ ਨੋਟਿਸ ਤੋਂ ਨੋਟਿਸ ਮਿਲਿਆ ਕਿ ਤੁਸੀਂ ਇੱਥੇ ਕੌਮ ਦੀ ਖਾਤਰ ਜ਼ਰੂਰ ਇਕੱਤਰ ਹੋ, ਔਰ ਅਸੀਂ ਪੰਜਾਬ ਦਰਜਾ ਅਸੀਂ ਸਾਰੇ ਹੀ ਪੰਜਾਬ ਦੇ ਵੱਖ ਵੱਖ ਸਿਟੀਆਂ ਤੋਂ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਕਾਦੀਆਂ ਔਰ ਬਟਾਲਾ ਤੋਂ ਸਾਰੀ ਟੀਮ ਇਕੱਠੀ ਹੋਈ ਹੈ, ਔਰ ਅਸੀਂ ਚਾਹੁੰਦੇ ਹਾਂ ਕਿ ਜੋ ਸ਼ਰਾਰਤੀ ਅਨਸਰ ਹਨ ਜੋ ਇੱਥੇ ਨਜਾਇਜ਼ ਕਬਜ਼ਾ ਕਰਕੇ ਇੱਥੋਂ ਬੇਰਿੰਗ ਕਾਲਜ ਤੋਂ ਸਾਡੇ ਗਰਾਊਂਡ ਦੇ ਵਿੱਚੋਂ ਸੜਕ ਕੱਢਣਾ ਚਾਹੁੰਦੇ ਹਾਂ, ਪਰ ਅਸੀਂ ਉਹਨਾਂ ਦਾ ਜਿਹੜਾ ਵੀ ਜੋ ਵੀ ਪਲਾਨ ਆ ਉਹ ਕਾਮਯਾਬ ਨਹੀਂ ਹੋਣ ਦੇਵਾਂਗੇ। ਸਾਡੀ ਜਿਹੜੀ ਰਾਸ਼ਟਰੀ ਮਸੀਹ ਸੰਘ ਟੀਮ ਹੈ ਉਹ ਪੂਰੇ ਤਨ ਮਨ ਧਨ ਦੇ ਨਾਲ ਇਹਨਾਂ ਦੇ ਆਪਣੀ ਕੌਮ ਦੇ ਨਾਲ ਅਤੇ ਬੇਰਿੰਗ ਕਾਲਜ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਪੂਰੀ ਨਾਲ ਹੈ, ਔਰ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਫੈਰਿਸ ਮਸੀਹ ਜੀ ਦਾ, ਜਿਨ੍ਹਾਂ ਨੇ ਸਾਨੂੰ ਇੱਥੇ ਇੱਕ ਸ਼ੋਰਟ ਨੋਟਿਸ ਪੀਰੀਅਡ 'ਤੇ ਸਾਨੂੰ ਭੇਜਿਆ ਸਾਰਿਆਂ ਨੂੰ। ਮੈਂ ਵੀਰ ਮਸੀਹ ਸੋਤਾ, ਵਾਈਸ ਚੇਅਰਮੈਨ ਪੰਜਾਬ ਕਾਂਗਰਸ ਕਮੇਟੀ ਘੱਟ ਦੀ ਕਮਿਸ਼ਨ। ਅੱਜ ਜਿਹੜਾ ਬਟਾਲੇ ਦੇ ਵਿੱਚ ਜੋ ਵੀ ਈਸਾਈ ਭਾਈਚਾਰੇ ਦਾ ਬੇਰਿੰਗ ਕਾਲਜ ਵਿੱਚ ਇਕੱਠ ਹੋਇਆ, ਕਿਉਂਕਿ ਇਹ ਜਿਹੜਾ ਬੇਰਿੰਗ ਕਾਲਜ ਹੈ ਇਹ ਈਸਾਈ ਧਰਮ ਵਾਸਤੇ ਇੱਕ ਬੜੀ ਵੱਡੀ ਆਣ ਅਤੇ ਸ਼ਾਨ ਵਾਲੀ ਜਗ੍ਹਾ, ਕਿਉਂਕਿ ਬਹੁਤ ਪੁਰਾਣੇ ਸਮੇਂ ਤੋਂ ਇਹ ਕਾਲਜ ਚੱਲ ਰਿਹਾ ਅਤੇ ਈਸਾਈ ਭਾਈਚਾਰੇ ਨੂੰ ਵੀ ਬੜਾ ਮਾਣ ਹੈ ਅਤੇ ਹੋਰ ਵੀ ਜਿਹੜੀ ਜਾਤੀ ਦੇ ਲੋਕ ਨੇ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਵੀ ਬਹੁਤ ਇੱਥੋਂ ਸਿੱਖਿਆ ਹਾਸਲ ਕਰਕੇ ਉੱਚ ਕੋਟੀ ਦੇ ਅਫਸਰ ਬਣੇ ਨੇ, ਅਥਲੈਟਿਕਸ ਬਣੇ ਨੇ, ਔਰ ਜੋ ਕੁਛ ਵੀ ਇੱਥੋਂ ਦੀਆਂ ਜਿਹੜੀਆਂ
लोग ने भड़काने वाले लोग ने कब्जा करने वाले लोग ने उन्होंने कोशिश की कि इतों की एक सड़क निकलती है। असी एक गल बर्दाश्त नहीं करते जी सा ग्राउंड है बेरिंग कॉलेज की ये सड़क असी नहीं निकल देंगे क्योंकि ईसाई भाईचारा बहुत गिणती अज बेरिंग कॉलेज पहुंचा है। असी इस गल का विरोध करते हैं जे सानू सरकार तो फैसला इंसाफ नहीं मिलता तो मैं अपना अहुदा त्याग के मैं अपना अहुदा त्यागा और कांग्रेस को अलविदा भी कहना पड़ेगा तो असं कहे असी अपने कौम के नाल आ कौम पहले कौम आ फिर दूसरे नंबर पर साड़ी सरकार आ सब मेरे लोग सलाम। अज बटाला शहर के साड़ी क्रिश्चन कम्यूनिटी की बहुत वड्डी जिहड़ी एक पर्सनैलिटी आप कह सकते हैं बेरिंग कॉलेज अज क्रिश्चन भाईचारे का जो भी इकट्ठ होया बटाले दे विच जो कि मौजूदा सरकार दे कुछ नुमाइंदे इनू बेरिंग कॉलेज नू अनलीगली तौर पर विचों इहदे रस्ता कढ़ना चाहुंदे आ। इस गल दे नाल पूरे पंजाब दे विच पूरे इंडिया दे क्रिश्चन भाईचारे दे विच ते बाहर दीआं स्टेटां दे विच भी यह मैसेज चल गया वा साडे क्रिश्चन भाईचारे विच बहुत वड्डा इह रोस पाया जा रहा वा। आपां सरकार नू इक चेतावनी देना चाहुंदे आ कि इहनू इस मसले नू प्यार दे नाल सुलझाया जावे। जे इस मसले नू प्यार दे नाल ना सुलझाया गया तो क्रिश्चन भाईचारा बहुत वड्डा इक प्रोटेस्ट करेगा तो सरकार के खिलाफ होवेगा। थैंक यू।